शिमारू के नए वीडियोस के लिए सब्सक्राइब कीजिए और बेल आइकन को दबाना न भूलें। किथे मर गया रिक्शे वाला? चल बैठ तू, आपे सवारी देख के आ गई। ओए तेरे रिक्शे ते सवारियां बैठियां। रिक्शे वाला किथे गया? नहीं जी, मैं नहीं जाना, मेरा क्या दा टाइम होया, टी टाइम। देख चलाउने रिक्शे ते नखरे जवाइयां वाले। ओ दो बार चाह पी बैठा, होर किन्नी पीनी आ? ओ जनाना सवारियां बेचारियां गर्मी च खड़ियां। ओ जा ले जा, जा ले जा। पटेल चौक जोड़ी नंबर 1 मैरिज ब्यूरो। मम्मी, जे मैरिज ब्यूरो जान तो पहला एक बार मेरी कुगी नाल गल हो जे ता? नान आला सचम गिद्दड़ जे दा मेरे अगे उल्लू वर्गा दा मुंह है, रिछ वर्गियां ओदियां नसां है, झोटे वर्गे ओदे दंद है, ना बंदा ना बंदे दी जात। मां जी किसे बारे एदा नहीं कहिदा हुंदा, शक्लां सब रब ने बणाईयां हुंदियां। ਨਾਲੇ ਕੀ ਪਤਾ ਅਗਲਾ ਸੋਹਣਾ ਹੀ ਹੋਵੇ, ਤੁਹਾਨੂੰ ਹੀ ਕਿਤੇ ਐਨਕ ਲੱਗਣ ਵਾਲੀ ਹੋਈ ਹੋਵੇ। ਬੇਟਾ ਤੈਨੂੰ ਨਹੀਂ ਪਤਾ, ਬੜਾ ਹੱਡ ਹਰਾਮੀ ਹੈ, ਘਟੀਆ ਤੇ ਆਲਸੀ ਇਨਸਾਨ ਹੈ। ਮੇਰੀ ਬੇਟੀ ਦਾ ਰਿਸ਼ਤਾ ਮੰਗਦਾ ਸੀ, ਅਸੀਂ ਵੀ ਕਹਿਤਾ 6 ਮਹੀਨੇ ਦਾ ਟਾਈਮ ਦਿੱਤਾ, ਆਪਣੇ ਪੈਰਾਂ ਤੇ ਖੜੋ ਕੇ ਵਿਖਾ। ਪਰ ਮੰਮਾ 6 ਮਹੀਨੇ ਖਤਮ ਹੋਣ ਥੱਲੇ ਟਾਈਮ ਪਿਆ ਹੈ ਨਾ, ਟਾਈਮ ਨੂੰ ਹੋਰ ਗੋਡੇ ਰਹਿ ਗਏ, 4 ਦਿਨਾਂ ਦੀ ਹੋਰ ਗੱਲ ਹੈ, ਟਾਈਮ ਮੁੱਕਦੇ ਆ, ਤੇਰੇ ਪਿਓ ਨੇ ਵਿਆਹੁਣ ਵਾਲੀ ਗੱਲ ਕਰਨੀ ਹੈ। ਕੋਈ ਪਤਾ ਨਹੀਂ ਗੁੱਸਾ ਚਾਹਿਆ ਕਿਸੇ ਰਿਕਸ਼ੇ ਵਾਲੇ ਨਾਲ ਹੀ ਵਿਆਹ ਦੇ। ਕਿਉਂ, ਰਿਕਸ਼ੇ ਵਾਲੇ ਬੰਦੇ ਨਹੀਂ ਹੁੰਦੇ? ਆਏ ਹਾਏ, ਮੇਰੀ ਕੁੜੀ ਇੰਨੀ ਸੋਹਣੀ ਤੇ ਪੜ੍ਹੀ ਲਿਖੀ, ਉਹਦੇ ਵਾਸਤੇ ਰਿਕਸ਼ੇ ਵਾਲਾ ਹੀ ਰਹਿ ਗਿਆ। ਮੰਮੀ, ਮੈਂ ਇੱਕ ਆਖਰੀ ਵਾਰ ਉਹਨੂੰ ਫੋਨ ਕਰਕੇ ਪੁੱਛ ਲਵਾਂ, ਫਿਰ ਮੈਂ ਆਪਣੀ ਫੋਟੋ ਮੈਰਿਜ ਬਿਊਰੋ ਦੇ ਦੇਵਾਂਗੀ। ਹੈ, ਫੋਨ ਕੱਟਤਾ? ਵੇਖਿਆ, ਖਬਰਦਾਰ ਜੇ ਉਹਨੂੰ ਫੋਨ ਕੀਤਾ। ਮੰਮਾ, ਮੈਂ ਇੱਕ ਲਾਸਟ ਵਾਰ ਘੁੱਗੀ ਨੂੰ ਫੋਨ ਕਰ ਲਾਂ, ਜੇ ਘੁੱਗੀ ਨੇ ਹੁਣ ਵੀ ਮੇਰਾ ਫੋਨ ਨਾ ਚੱਕਿਆ ਨਾ, ਤਾਂ ਅੱਜ ਤੋਂ ਬਾਅਦ ਮੈਂ ਉਹਦੇ ਲਈ ਮਰ ਗਈ ਤੇ ਉਹ ਕਮੀਨਾ ਮੇਰੇ ਲਈ ਮਰ ਗਿਆ। ਵੇ ਕੀ ਹੋਇਆ? ਕੁਛ ਨੀ ਜੀ, ਬਸ ਉਹ ਰਿਕਸ਼ੇ ਦੀ ਚੈਨ ਉਤਰ ਗਈ। ਹੈਲੋ, ਕੀ ਗੱਲ? ਪਹਿਲਾਂ ਮੇਰਾ ਫੋਨ ਕੱਟਤਾ ਸੀ? ਨਹੀਂ ਨਹੀਂ, ਉਹ ਮੈਂ ਜ਼ਰਾ ਡਰਾਈਵਿੰਗ ਕਰ ਰਿਹਾ ਸੀ, ਡਰਾਈਵਿੰਗ। ਸਾਹ ਤਾਂ ਇੱਦਾਂ ਚੜਿਆ ਜਿੱਦਾਂ ਰਿਕਸ਼ਾ ਚਲਾ ਰਿਹਾ ਹੋਵੇ। ਜੇ ਤੂੰ ਰਿਕਸ਼ੇ ਤੇ ਬੈਠੀ ਹੈ ਤਾਂ ਮੈਂ ਸਾਰੇ ਰਿਕਸ਼ੇ ਵਾਲੇ ਹੀ ਹੋ ਗਏ। ਤੈਨੂੰ ਕਿੱਦਾਂ ਪਤਾ ਮੈਂ ਰਿਕਸ਼ੇ ਤੇ ਬੈਠੀ ਹਾਂ? ਤੁੱਕਾ 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 ਲਾਇਆ ਸੀ, ਤੀਰ ਬਣ ਕੇ ਵੱਜ ਗਿਆ। ਕਈ ਵਾਰ ਤੀਰ ਤੁੱਕਾ ਹੋ ਜਾਂਦਾ, ਤੁੱਕਾ ਤੀਰ ਹੋ ਜਾਂਦਾ। ਵੈਸੇ ਵੀ ਜਨਾਬ, ਤੁਹਾਨੂੰ ਇਸ਼ਕ ਕਰਦੇ ਹਾਂ, ਤੁਹਾਡੀ ਸਾਰੀ ਖ਼ਬਰ ਸਾਰ ਰੱਖੀ ਦੀ ਆਪਾਂ। ਕਹਿੰਦੇ ਨਾ, ਤੂੰ ਜਹਾਂ ਚਲੇਗਾ ਮੇਰਾ ਰਿਕਸ਼ਾ, ਮੇਰਾ ਸਾਇਆ ਸਾਥ ਹੋਗਾ। ਤੈਨੂੰ ਪਤਾ ਆ ਰਿਕਸ਼ੇ ਵਾਲੇ ਵੀਰ ਜੀ ਵੀ ਤੇਰੀ ਬੜੀ ਫੇਵਰ ਕਰ ਰਹੇ ਸੀ। ਬਕਵਾਸ ਨਾ ਕਰ, ਇੱਦਾਂ ਸਿੱਧਾ ਹੀ ਕਿਸੇ ਨੂੰ ਇੱਕਦਮ ਵੀਰ ਜੀ ਨਹੀਂ ਕਹਿ ਦਿੰਦਾ ਹੁੰਦਾ। ਜੇ ਭਰਾਵਾ ਚੜੀ ਨਹੀਂ ਚੈਨ ਅਜੇ। ਚੜ ਗਈ ਕੀ ਚੜ ਗਈ? ਨਹੀਂ ਨਹੀਂ, ਉਹ ਤਾਂ ਅਸਲ ਮੱਝ ਟੈਂਪੂ ਤੇ ਚੜਾ ਰਹੇ ਆ, ਚੜ ਨਹੀਂ ਰਹੀ। ਮੈਨੂੰ ਇੱਕ ਹੁਣ ਹੈਲਪ ਕਰ ਲੈਂਦੇ ਯਾਰ, ਮੈਂ ਤੇਰੇ ਨਾਲ ਬਾਅਦ ਚ ਗੱਲ ਕਰਦਾ। ਓਕੇ ਬਾਏ। ਹੈਲੋ 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 ਕੀ ਕਹਿੰਦਾ ਸੀ? ਕੁਛ ਨਹੀਂ ਮੰਮਾ, ਉਹ ਕਹਿੰਦੇ ਸੀ ਮੈਂ ਮੱਝ ਟੈਂਪੂ 'ਚ ਚੜਾ ਕੇ ਫੋਨ ਕਰਦਾ। ਮੱਝ ਟੈਂਪੂ 'ਚ ਚੜਾ ਕੇ ਫੋਨ ਕਰਦਾ? ਕੀ ਪਤਾ ਮੰਮਾ ਉਹਨਾਂ ਨੇ ਮੱਝਾਂ ਦਾ ਵਪਾਰ ਕਰ ਲਿਆ ਹੋਵੇ ਜਾਂ ਫਿਰ ਡੇਰੀ ਖੋਲ੍ਹੀ ਹੋਵੇ। ਵੈਰੀ ਗੁੱਡ, ਉਹ ਦੁੱਧ ਚੋਇਆ ਕਰੇਗਾ ਤੇ ਤੂੰ ਗੋਇਆ ਪੱਥਿਆ ਕਰੀ ਤੇ ਸਾਨੂੰ ਪਾਠੀਆਂ ਮੁਫ਼ਤ 'ਚ ਭੇਜਿਆ ਕਰੀ। ਮੰਮਾ, ਜੋ ਸਾਡੀ ਮੱਝ ਸੋਏਗੀ ਨਾ, ਮੈਂ ਤੁਹਾਨੂੰ ਇੱਕ ਕਿਊਟ ਜਿਹੀ ਕੱਟੀ ਗਿਫਟ ਕਰਾਂਗੀ, ਤੁਸੀਂ ਉਹਨੂੰ ਨਾ ਡਰਾਇੰਗ ਰੂਮ 'ਚ ਬੰਨ ਕੇ ਰੱਖਿਆ ਕਰਿਓ। ਵਾਹ ਜੀ ਵਾਹ, ਘਰ 'ਚ ਕੈਸੀ ਰੌਣਕ ਹੋ ਜਾਏਗੀ, ਲੱਗਦੇ ਵੜਦੇ ਕੱਟੀ ਕਰਿਆ ਕਰੇਗੀ। ਰੁਕ ਕਾਕਾ, ਰੁਕ ਰੁਕ ਰੁਕ, ਸ਼ੁਭ ਕੰਮ ਚੱਲੇ ਆ, ਪ੍ਰਸ਼ਾਦ ਲੈ ਲਈਏ। ਕਾਕਾ ਤੂੰ ਨੀ ਖਾਂਦਾ?
ਮੈਂ ਜੀ ਬਾਅਦ ਚ ਖਾ ਲਾਂਗਾ ਸਾਫਾ। ਸਾਫਾ ਲਾ ਕੇ ਖਾ ਲੈ। ਨਹੀਂ ਨਹੀਂ, ਦਰਅਸਲ ਮੈਂ ਬਗਾਨੀਆਂ ਜਨਾਨੀਆਂ ਸਾਹਮਣੇ ਹੁਣ ਹੀ ਨੰਗਾ ਕਰਦਾ ਜੀ। ਬੜੇ ਭਲੇ ਖਾਨਦਾਨ ਦਾ ਲੱਗਦਾ। ਖਾਨਦਾਨ ਦੀ ਗੱਲ ਨੀ, ਦਰਅਸਲ ਮੈਨੂੰ ਨਜ਼ਰ ਲੱਗ ਜਾਂਦੀ ਮੈਂ ਸੋਹਣਾ ਬੜਾ ਜੀ। ਵੇਖ ਕਾਕਾ, ਮੈਂ ਚੱਲੀ ਆਪਣੀ ਕੁੜੀ ਦੇ ਰਿਸ਼ਤੇ ਲਈ, ਐਵੇਂ ਬਦ ਛਕਣੀਆਂ ਨਾ ਕਰ, ਖਾ ਲੈ ਇਹਨੂੰ। ਲੱਗਦਾ ਮੱਝ ਅਜੇ ਟੈਂਪੂ ਤੇ ਚੜੀ ਨਹੀਂ। ਮੱਝ ਦਾ ਤੇ ਪਤਾ ਨਹੀਂ ਜੀ, ਉਹ ਸਾਹਮਣੇ ਝੋਟੇ ਖੜੇ ਜੇ ਪੁਲਿਸ ਵਾਲੇ। ਖੜ ਜਾ ਖੜ ਜਾ ਖੜ ਜਾ, ਕੱਢਦਾ ਮੈਂ ਤੇਰੇ ਇੱਥੇ ਚੰਗਿਆੜੇ। ਜਨਾਬ ਖਾਲੀ ਰਕਸ਼ਾ ਪਿੱਛੇ ਆਉਣ ਡਿਆ, ਤੁਸੀਂ ਹੋਰ ਰਕਸ਼ਾ ਕਰ ਲਓ, ਮੈਂ ਤਾਂ ਸਵਾਰੀਆਂ ਲੱਦੀਆਂ। ਮੈਂ ਟਰੈਵਲਿੰਗ ਲਈ ਨਹੀਂ, ਚੈਕਿੰਗ ਲਈ ਰੋਕਿਆ ਰਕਸ਼ਾ। ਤੇ ਜਨਾਬ ਚੈਕਿੰਗ ਨੂੰ ਮੈਂ ਕਿਹੜਾ ਰਕਸ਼ੇ ਤੇ ਫੀਮ ਲੱਦੀ, ਚੰਗੀਆਂ ਭਲੀਆਂ ਜੀਂਦੀਆਂ ਜਾਗਦੀਆਂ ਸਾਹ ਲੈਂਦੀਆਂ ਦੋ ਲੇਡੀਜ਼ ਬੈਠੀਆਂ। ਆਹ ਵੇਖੋ, ਤੂੰ ਉਤਰਦਾ ਰਕਸ਼ੇ ਤੋਂ ਕਿ ਤੈਨੂੰ ਆਦਰ ਮਾਨ ਨਾਲ ਲਾਈਏ। ਨਾ ਦੱਸ ਜਨਾਬੇ ਵਾਲੀ, ਨਾ ਹੈਲਮਟ ਪਾਉਣਾ ਤੇ ਨਾ ਸਾਡਾ ਬੈਲਟ ਦਾ ਚਲਾਨ, ਨਾ ਪੋਲਿਊਸ਼ਨ ਦਾ ਚਲਾਨ ਸਾਡਾ, ਨਾ ਹੈਡਲਾਈਟ ਦਾ ਚਲਾਨ, ਨਾ ਮਹਾਰਾਜ ਆਰਸੀ ਚਾਹੀਦੀ, ਨਾ ਲਾਇਸੈਂਸ ਦਾ ਚਲਾਨ, ਸਾਨੂੰ ਕਿਉਂ ਰੋਕਣ ਦੇ? ਜੇ ਅਸੀਂ ਚਲਾਨ ਕੱਟਣ ਤੇ ਆਈਏ ਨਾ, ਤੇ ਆਪਾਂ ਪੈਦਲ ਚੱਲਦੇ ਦਾ ਚਲਾਨ ਕੱਟੀਦਾ। ਪੈਦਲ ਦਾ ਚਲਾਨ? ਬੰਦਾ ਪੁੱਛੇ ਵੀ ਤੁਸੀਂ ਪੈਦਲ ਦੀਆਂ ਚੱਪਲਾਂ ਚੈੱਕ ਕਰਦੇ? ਉਹਦੀਆਂ ਚੱਪਲਾਂ ਉਹਦੇ ਸਿਰ ਤੇ ਚੈੱਕ ਕਰੀਦੀਆਂ, ਅਸੀਂ ਤੇ ਕੱਢਦੇ ਚੰਗਲਿਆੜੇ। ਨਾ ਬਸ ਸੁਣ, ਆ ਕੁਲਚੇ ਵਾਲੇ ਦੇ ਪਤੀਲੇ ਵਾਂਗੂ ਆ ਮੂੰਹ ਕਿਹੜੇ ਹਿਸਾਬ ਨਾਲ ਟਕਿਆ? ਏਡਾ ਚੰਬਲ ਦੀਆਂ ਘਾਟੀਆਂ ਚ ਰਕਸ਼ਾ ਚਲਾਉਣ ਡਿਆ, ਲਾ ਕਪੜਾ ਥੱਲੇ। ਵੇਖੋ ਜਨਾਬ, ਹੋਰ ਜੋ ਕਹੋਗੇ ਮੈਂ ਮੰਨ ਜਾਂਦਾ, ਪਰ ਮੈਂ ਮੂੰਹ ਤੋਂ ਕਪੜਾ ਨਹੀਂ ਜੇ ਲਾਉਣਾ ਤੁਹਾਨੂੰ ਦੱਸਾਂ। ਇੱਧਰ ਆਓ। ਹਾਂਜੀ, ਇੱਥੇ ਤਾਂ ਇੰਨਾ ਕਪੜਾ ਲਾ ਕੇ ਗੁਜ਼ਾਰਾ ਹੋ ਜਾਣਾ, ਜੇ ਮੈਂ ਲੈ ਗਿਆ ਠਾਣੇ ਤਾਂ ਪੂਰੇ ਕਪੜੇ ਲੈਣੇ ਆ, ਫੇਰ ਨਾ ਕਹੀਂ ਚੰਗਿਆੜੇ ਕੱਢਦੇ ਚੰਗਿਆੜੇ। ਨਹੀਂ ਦੇਖੋ ਜੀ, ਮੈਂ ਤੁਹਾਨੂੰ ਬੇਨਤੀ ਕੀਤੀ ਵੀ ਮੈਂ ਕੱਪੜਾ ਨਹੀਂ ਲਾ ਸਕਦਾ। ਏਡੀ ਲਾ ਪਾ ਕਰਾਉਣ ਡਿਆ, ਕੱਪੜਾ ਹੀ ਮੂੰਹ ਤੋਂ ਲਾ ਲੈ। ਜਨਾਬ ਦਰਅਸਲ ਮੂੰਹ ਮੈਂ ਵਿਆਹ ਕਰਵਾਉਣ ਵਾਸਤੇ ਬੰਨਿਆ ਜੀ। ਵਿਆਹ ਲਈ ਸਿਹਰਾ ਬੰਨੀਦਾ, ਮੂੰਹ ਨਹੀਂ ਬੰਨੀਦਾ। ਜਨਾਬ ਦਰਅਸਲ ਮੇਰਾ ਨਾ ਚਿਹਰਾ ਬੜਾ ਸੈਂਸਿਟਿਵ ਹੈਗਾ ਜੀ, ਮੈਂ ਤਾਂ ਨਹੀਂ ਮੂੰਹ ਤੋਂ ਕੱਪੜਾ ਲਾਉਂਦਾ, ਮੇਰੇ ਮੂੰਹ ਤੇ ਕਿਤੇ ਮਾਸਾ ਡਸਟ ਪੈ ਗਈ ਨਾ ਤੇ ਮੈਂ ਤੁਹਾਨੂੰ ਦੱਸਾਂ ਜੀ ਕਿ ਮੇਰਾ ਮੂੰਹ ਖਰਾਬ ਹੋ ਜਾਣਾ ਤੇ ਮੇਰਾ ਵਿਆਹ ਨਹੀਂ ਜੇ ਹੋਣਾ ਮੁੜ ਕੇ। ਤੂੰ ਮੂੰਹ ਤੋਂ ਕਪੜਾ ਲਾ, ਰਿਸ਼ਤਾ ਤੇਰਾ ਅਸੀਂ ਕਰਾਵਾਂਗੇ, ਕੱਲ ਹੀ 20 ਜੇਬ ਕਤਰੀਆਂ ਫੜੀਆਂ। ਆ ਵੇਖ ਲਓ ਤੁਹਾਡੇ ਸਾਹਮਣੇ ਮੈਨੂੰ ਕੀ ਕਹਿਣ ਡਏ ਜੇ। ਓ ਭਾਈ, ਸਾਨੂੰ ਨਾ ਆਪਣੇ ਮਾਮਲੇ 'ਚ ਘੜੀਸ। ਦੇਖੋ ਸਾਹਿਬ ਆਦਰ, ਮੇਰਾ ਮੂੰਹ ਟਕਿਆ ਰਹਿਣ ਦਿਓ ਤੁਸੀਂ। ਦਰਅਸਲ ਪਤਾ ਗੱਲ ਕੀ ਜੇ, ਵਿੱਚੋਂ ਮੇਰਾ ਮੂੰਹ ਹੈਗਾ ਜੇ ਬੜਾ ਮਨੂਸ, ਜਿਹੜਾ ਮੇਰੀ ਸ਼ਕਲ ਵੇਖ ਲੈਂਦਾ ਨਾ ਉਹਦਾ ਬੇੜਾ ਗਰਕ ਹੋ ਜਾਂਦਾ, ਬੇੜਾ ਗਰਕ। ਜਨਾਬ, ਜਿਹੜੇ ਅਸੀਂ ਰਿਕਸ਼ੇ ਵਾਲੇ ਬਦਮਾਸ਼ ਨੂੰ ਲੱਭ ਰਹੇ ਹਾਂ, ਉਹਦੇ ਬਾਰੇ ਵੀ ਇਹੀ ਸੁਣਿਆ ਕਿ ਉਹਦੀ ਸ਼ਕਲ ਬੜੀ ਮਨੂਸ ਆ। ਹੋਵੇ ਨਾ ਹੋਵੇ, ਜਿਹੜੇ ਬਦਮਾਸ਼ ਨੂੰ ਅਸੀਂ ਲੱਭਣ ਡੇ ਉਹੀ ਆ। ਮੈਂ ਤੇਰੇ ਉਹ ਕੱਢਾਂਗਾ ਚੰਗਿਆੜੇ, ਚੇਤੇ ਕਰੇਗਾ। ਚਲੋ ਵੇਖੋ ਜੀ, ਜੇ ਮੈਂ ਮਤਲਬ ਮੰਨ ਜਾਵਾਂ ਵੀ ਮੈਂ ਉਹ ਬਦਮਾਸ਼ ਹਾਂ ਤੇ ਮੇਰੇ ਮੂੰਹ ਤੋਂ ਕੱਪੜਾ ਤਾਂ ਨਹੀਂ ਨਾ ਲਾਓਗੇ? ਕੱਪੜਾ ਕਿਉਂ, ਫਿਰ ਤੇਰਾ ਲਾਵਾਂਗੇ ਚੰਮ ਤੇ ਵਿੱਚੋਂ ਕੱਢਾਂਗੇ ਚੰਗਿਆੜੇ। ਚਲੋ ਵੇਖੋ ਸਾਹਿਬ ਬਹਾਦਰ, ਜਦੋਂ ਤੁਸੀਂ ਕੋਈ ਮੁਜਰਮ ਫੜ ਕੇ ਅਦਾਲਤ ਲੈ ਕੇ ਜਾਂਦੇ ਹੋ ਤਾਂ ਮੂੰਹ ਢੱਕ ਕੇ ਲੈ ਕੇ ਜਾਂਦੇ ਹੋ ਨਾ, ਤੇ ਤੁਹਾਨੂੰ ਢੱਕਿਆ ਢਕਾਇਆ ਮੁਜਰਮ ਮਿਲ ਗਿਆ, ਤੁਹਾਡੀ ਟੈਨਸ਼ਨ ਖਤਮ। ਚਲੋ ਮੰਨ ਲਓ ਜੀ ਮੈਂ ਉਹੀ ਬਦਮਾਸ਼ ਹਾਂ, ਮੈਂ ਮੰਨਦਾ ਮੈਂ ਉਹੀ ਬਦਮਾਸ਼ ਹਾਂ ਜੀ। ਦੋ ਮਹੀਨੇ ਹੋ ਗਏ ਤੂੰ ਸਾਡਾ ਲਹੂ ਪੀਂਦਿਆਂ, ਅਸੀਂ ਤੈਨੂੰ ਲੱਭਣ ਤੇ 2 ਮਹੀਨੇ ਦੇ ਲੱਗੇ ਆ, ਨਾਕਿਆਂ ਤੇ ਅਸੀਂ 25 ਨਹੀਂ ਕਮਾਈ, ਤਨਖਾਹਾਂ ਤੇ ਸਾਡੇ ਗੁਜ਼ਾਰੇ ਹੋਣ ਡੇ ਨੇ, ਤੂੰ ਤੇ ਸਾਡੇ ਚੰਗਿਆੜੇ ਕੱਢ ਕੇ ਰਹਿ ਗਿਆ। ਵਾਹਿਗੁਰੂ ਵਾਹਿਗੁਰੂ, ਦੇਖ ਨੀ ਡੋਲੀ, ਤੂੰ ਇਹਨੂੰ ਕੀ ਸਮਝਦੀ ਸੀ, ਇਹ ਤਾਂ ਬਦਮਾਸ਼ ਨਿਕਲਿਆ। ਸ਼ੁਕਰ ਹੈ ਰੱਬ ਦਾ, ਮੇਰੀ ਧੀ ਡੁੱਬਣ ਤੋਂ ਬਚਾ ਲਈ। ਸੁਖ ਜੀ, ਇਹਨੂੰ ਏਦਾਂ ਛਿੱਲੋ ਜਿੱਦਾਂ ਨਾਰੀਅਲ ਛਿੱਲੀਦਾ, ਇਹਦੀ ਗਿੱਦੜ ਕੁੱਟ ਕਰੋ। ਨਹੀਂ ਦੇਖੋ ਜੀ, ਮੈਂ ਦਰਅਸਲ ਉਹ ਬਦਮਾਸ਼ ਨਹੀਂ ਹੈਗਾ। ਜਵਾ ਹੁਣੇ ਤੇ ਤੂੰ ਬਕਿਆ ਸੀ ਕਿ ਤੂੰ ਬਦਮਾਸ਼ ਹੈ, ਤੇਰੇ ਕੱਢੇ ਚੰਗਿਆੜੇ। ਨਹੀਂ ਜੀ, ਉਹ ਤੇ ਦਰਅਸਲ ਮੈਂ ਇਹਨਾਂ ਵਾਸਤੇ। ਅੱਛਾ, ਸਾਡੇ ਵਾਸਤੇ ਬਦਮਾਸ਼ ਹੈ ਤੇ ਹੋਰਾਂ ਵਾਸਤੇ ਸ਼ਰੀਫ ਹੈ? ਮੈਨੂੰ ਤਾਂ ਇੰਜ ਲੱਗਦਾ ਸਾਨੂੰ ਅਗਵਾ ਕਰਕੇ ਲੈ ਚੱਲਿਆ ਸੀ। ਨਹੀਂ ਨਹੀਂ, ਓਏ ਛੁੱਟੋ ਇਹਨੂੰ ਜਿਪਸੀ 'ਚ ਤੇ ਲੈ ਚੱਲ ਥਾਣੇ, ਉੱਥੇ ਮੈਂ ਤੇ ਪੁੱਤਰਾ ਤੇਰੇ ਕੱਢੂ ਚੰਗਿਆੜੇ, 2 ਮਹੀਨਿਆਂ ਦਾ ਤੂੰ ਸਾਡਾ ਲਹੂ ਪੀਤਾ। ਚੱਕਰੂ ਓਏ, ਤੂੰ ਆਪ ਟੁਰਦਾ ਕਿ ਮੈਂ ਤੇਰੇ ਚੰਗਿਆੜੇ ਕੱਢ ਕੱਢ ਤੁਰਾਂ? ਮੇਰੀ ਗੱਲ ਤਾਂ ਸੁਣੋ ਜੀ, ਤੁਸੀਂ ਸਮਝਾਓ ਇਹਨਾਂ ਨੂੰ ਕੋਈ ਜੀ। ਮੇਰ ਸਿੰਘ ਜੀ,
ਤੁਸੀਂ ਲੋਕ ਕਹਿੰਦੇ ਨਾ ਪੁਲਿਸ ਕਰਦੀ ਕੱਖ ਨੀ। ਆ ਵੇਖੋ ਫੜਿਆ ਜੇ ਸੂਰ ਦਾ ਪੁੱਤਰ। ਸੂਰ ਦਾ ਨਹੀਂ, ਇਹ ਮੇਰਾ ਪੁੱਤਰ ਹੈ। ਪਰ ਘੁੱਗੀ ਬੇਟਾ, ਤੂੰ ਤੂੰ ਇਸ ਹਾਲਤ ਚ? ਡੈਡੀ, ਮੈਂ ਤੁਹਾਨੂੰ ਪ੍ਰੋਮਿਸ ਕੀਤਾ ਸੀਗਾ ਮੈਂ ਤੁਹਾਨੂੰ ਕੁਛ ਬਣ ਕੇ ਦਿਖਾਵਾਂਗਾ। ਜਿਹੜੇ ਪੈਸੇ ਤੁਸੀਂ ਮੈਨੂੰ ਦਿੱਤੇ ਸੀ ਨਾ ਜੀ, ਉਹਦੇ ਨਾਲ ਮੈਂ ਕਈ ਬਿਜ਼ਨਸ ਕਰਨ ਦੀ ਕੋਸ਼ਿਸ਼ ਕੀਤੀ, ਕਈ ਕੰਮ ਕੀਤੇ, ਪਰ ਮੈਂ ਕਾਮਯਾਬ ਨਹੀਂ ਹੋ ਸਕਿਆ। ਤਾਂ ਮੈਂ ਤਾਂ ਹੁਣ ਅਲਟੀਮੇਟਲੀ ਇਹ ਵੀ ਸੋਚ ਲਿਆ ਸੀ ਕਿ ਮੈਂ ਚਾਹੇ ਰਕਸ਼ਾ ਚਲਾ ਕੇ ਤੁਹਾਨੂੰ ਕਾਮਯਾਬ ਹੋ ਕੇ ਦਿਖਾਵਾਂ, ਕਾਮਯਾਬ ਹੋ ਕੇ ਦਿਖਾਵਾਂਗਾ। ਸੱਚੀ ਡੈਡੀ, ਯਕੀਨ ਮੰਨਿਓ ਮੈਂ ਤਾਂ ਪਿਛਲੇ ਕਈ ਦਿਨਾਂ ਤੋਂ ਰੱਜ ਕੇ ਰੋਟੀ ਵੀ ਨਹੀਂ ਖਾਧੀ। ਬਸ ਜੇ ਖਾਧੇ ਆ ਤਾਂ ਘਾਟੇ ਹੀ ਖਾਧੇ ਆ, ਤੇ ਜਾਂ ਫਿਰ ਥਾਂ ਥਾਂ ਤੋਂ ਛਿੱਤਰ ਖਾਧੇ। ਸਰਦਾਰ ਜੀ, ਸੱਚੀ ਇਹ ਤੁਹਾਡਾ ਹੀ ਮੁੰਡਾ ਹੈ? ਹੋਰ ਮੈਂ ਸੜਕਾਂ ਤੇ ਨਿਆਣੇ ਗੋਦ ਲੈਂਦਾ ਫਿਰਦਾ। ਪੁੱਤਰ, ਪੈਸੇ ਦੇ ਨੁਕਸਾਨ ਦਾ ਮੈਨੂੰ ਕੋਈ ਦੁੱਖ ਨਹੀਂ। ਮੇਰੀਆਂ ਨਜ਼ਰਾਂ 'ਚ ਹੁਣ ਤੂੰ ਸੱਚਮੁੱਚ ਕਾਮਯਾਬ ਹੋ ਗਿਆ। ਹੈਲੋ ਜ਼ਹਿਨ ਸਾਹਿਬ, ਡਿਪਟੀ ਸਾਹਿਬ, ਕੱਢ ਤੇ ਚੰਗਿਆੜੇ! ਵਧਾਈਆਂ ਜਨਾਬ, ਵਧਾਈਆਂ! ਲਓ ਜੀ, ਉਹ ਜਿਹੜੇ ਰਕਸ਼ਾ ਵਾਲੇ ਬਦਮਾਸ਼ ਨੂੰ ਅਸੀਂ ਦੋਵਾਂ ਮਹੀਨਿਆਂ ਤੋਂ ਲੱਭਦੇ ਫਿਰਦੇ ਸਾਂ, ਉਹ ਦੂਸਰੇ ਨਾਕੇ ਤੇ ਫੜਿਆ ਗਿਆ ਜੇ। ਐਸ ਐਚ ਓ ਸਾਹਿਬ, ਆ ਇੱਕ ਬਦਮਾਸ਼ ਹੋਰ ਫੜ ਲਓ। ਕੱਢੋ ਮੇਰਾ 5 ਲੱਖ ਕਿੱਥੇ ਆ? ਉਹ ਕੱਢੋ ਮੇਰਾ 5 ਲੱਖ ਰੁਪਈਆ। ਉਹ ਤਾਂ ਮੈਂ ਸ਼ੇਰਾਂ ਤੇ ਲਾਤੇ ਸੀ। ਆਏ ਹਾਏ, ਸ਼ੇਰਾਂ 'ਚ 5 ਲੱਖ ਰੁਪਈਆ? ਕਿਹੜੀ ਆਪਣੀ ਆਂਟੀ ਦੇ ਕੋਠੇ ਤੇ ਜਾ ਕੇ ਸ਼ੇਰੋ ਸ਼ਾਇਰੀ ਦੇ ਪੈਸੇ ਲੁਟਾਉਂਦਾ ਰਿਹਾ ਉਹ? ਯਾਰ, ਸ਼ੇਅਰ ਮਾਰਕੀਟ 'ਚ ਲਾਏ ਸੀ ਪੈਸੇ ਤੇਰੇ ਮੈਂ। ਜੇ ਤੇਰੇ ਨਾਲ ਮੈਂ ਫਰੋਡ ਕਰਨਾ ਹੁੰਦਾ ਤਾਂ ਮੈਂ ਗੱਡੀ ਬੈਕ ਕਰਕੇ ਤੇਰੇ ਕੋਲ ਕਿਉਂ ਆਉਂਦਾ? ਕਿਉਂ ਰੁਕਦਾ ਤੇਰੇ ਕੋਲ? ਆ ਵੇਖ, ਤੇਰੇ 5 ਲੱਖ ਦੇ ਮੈਂ ਸ਼ੇਅਰ ਖਰੀਦੇ ਸੀ, ਅੱਜ 50 ਲੱਖ ਦੇ ਹੋ ਗਏ ਨੇ। 50 ਲੱਖ ਦੇ? ਯੈਸ, 50 ਲੱਖ ਦੇ ਮੇਰੇ ਸ਼ੇਅਰ, 50 ਲੱਖ ਦੇ 5 ਲੱਖ, 50 ਲੱਖ ਬਣ ਗਿਆ। ਬਿਲਕੁਲ। ਤੂੰ ਦੱਸਿਆ ਨੀ ਯਾਰ ਮੈਨੂੰ। ਮੈਂ ਕਿੱਥੇ ਦੱਸਦਾ ਤੈਨੂੰ, 3 ਦਿਨ ਤੋਂ ਤੈਨੂੰ ਲੱਭ ਰਿਹਾ, ਪ੍ਰੈਸ ਤੇਰੀ ਬੰਦ ਆ, ਫੋਨ ਤੇਰਾ ਨਹੀਂ ਮਿਲਦਾ। ਯੈਸ, ਇਹ ਬਿਲਕੁਲ ਸਹੀ ਕਹਿ ਰਹੇ ਨੇ, ਮੈਂ ਵੀ 1 ਹਫ਼ਤੇ ਤੋਂ ਤੇਰਾ ਫੋਨ ਟ੍ਰਾਈ ਕਰਦੀ ਸੀ ਕੁੱਗੀ, ਲੱਗਦਾ ਹੀ ਨਹੀਂ ਸੀ। ਗੱਲ ਦਰਅਸਲ ਤੁਹਾਡੀ ਦੋਵਾਂ ਦੀ ਠੀਕ ਹੈ ਜੀ, ਮੇਰੇ ਕੋਲ ਪੈਸੇ ਹੀ ਮੁੱਕੇ ਸੀ। ਇਹ ਤਾਂ ਸਵੇਰੇ 12 ਰੁਪਏ ਦੀ ਇੱਕ ਸਵਾਰੀ ਛੱਡੀ ਹੈ ਤੇ ਉਹ 10 ਰੁਪਏ ਵਾਲਾ ਛੋਟਾ ਰੀਚਾਰਜ ਪਵਾਇਆ ਮੈਂ ਮੋਬਾਈਲ 'ਚ। ਹੁਣ ਆਪਣੀ ਮਾਂ ਨਾ ਸਾਂਭ ਤੇ ਜਦੋਂ ਕੈਸ਼ ਕਰਾਉਣੇ ਹੋਣਗੇ ਤਾਂ ਮੈਨੂੰ ਦੱਸ ਦਿਓ। ਥੈਂਕ ਯੂ ਸਰਦਾਰ ਜੀ। ਮੈਂ ਤਾਂ ਸ਼ਕਲੋਂ ਹੀ ਲੱਗਦਾ ਸੀ ਵੀ ਇਹ ਬੱਚਾ ਕਿਸੇ ਇੱਜ਼ਤਦਾਰ ਘਰਾਣੇ ਦਾ, ਇਹੋ ਜਿਹੇ ਬੱਚੇ ਤੇ ਕੱਢ ਦਿੰਦੇ ਚੰਗਿਆੜੇ। ਮੈਂ ਤੈਨੂੰ ਕਹਿੰਦੀ ਨਹੀਂ ਸੀ, ਪਰ ਮੈਨੂੰ ਅੰਦਰੋਂ ਹੀ ਅੰਦਰੀ ਲੱਗਦਾ ਸੀ ਆਪਣਾ ਦੁਬਈ ਹੁੰਦਾ। ਗੱਲ ਤੋਰੀਏ ਫਿਰ ਰਿਸ਼ਤੇ ਦੀ, ਆਪਣਾ ਅਹੁਦਾ ਵੇਖ ਤੇ ਆਪਣੀ ਆਫਰ ਵੇਖ। ਉਹ ਮੇਰੀ ਭਤੀਜੀ BA ਫਾਈਨਲ ਕਰ ਗਈ ਹੈ, ਮੈਂ ਕੁਛ ਕਿਹਾ ਤੱਕ ਨਹੀਂ, ਤੂੰ ਸੈਕੰਡ ਈਅਰ ਚ ਹੀ ਕਾਲਾ ਪੈ ਗਿਆ। ਕੀ ਕਰ ਰਹੇ ਹੋ ਬੀਬਾ, ਸਵਾਰੀਆਂ ਦਾ ਫਰਜ਼ ਨਹੀਂ ਬਣਦਾ ਪੈਰੀ ਹੱਥ ਲਾਉਣ ਦਾ, ਨਾਲੇ ਗਲਤੀ ਤੇ ਮੇਰੇ ਮੁੰਡੇ ਦੀ ਆ, ਤੁਸੀਂ ਇਹਦੇ ਕਰਕੇ ਹੀ ਲੇਟ ਹੋਏ ਹੋ ਨਾ। ਘਬਰਾਓ ਨਾ, ਮੈਂ ਤੁਹਾਨੂੰ ਕੋਈ ਹੋਰ ਰਿਕਸ਼ਾ ਕਰਾ ਦੇਣਾ ਆ, ਤੁਹਾਨੂੰ ਫਾਸਟ ਤੋਂ ਫਾਸਟ ਲੈ ਜਾਏਗਾ। ਨਹੀਂ ਭਰਾ ਜੀ, ਅਸੀਂ ਸਵਾਰੀਆਂ ਨਹੀਂ ਹੈਗੀਆਂ। ਨਾ ਫਿਰ ਰਿਕਸ਼ੇ ਤੇ ਬਹਿ ਕੇ ਮੈਚ ਦੇਖ ਰਹੇ ਹੋ? ਡੈਡੀ, ਇਹ ਉਹ ਹੈਗੇ ਨੇ, ਉਹ ਕੌਣ ਜਿਹੜੇ ਤੁਸੀਂ ਮੈਨੂੰ ਕਹਿੰਦੇ ਹੁੰਦੇ ਸੀ ਨਾ ਕਿ ਤੈਨੂੰ ਕੁੜੀ ਕਿਹੜੇ ਬੇਵਕੂਫਾਂ ਨੇ ਦੇਣੀ ਹੈ, ਉਹ ਹੀ ਨੇ ਜੀ। ਹਾਂਜੀ ਹਾਂਜੀ ਭਰਾ ਜੀ, ਅਸੀਂ ਉਹ ਹੀ ਆ ਜੀ। ਫਿਰ ਤੇ ਇੱਧਰ ਆ ਕੇ ਗਲੇ ਮਿਲੋ ਭਰਾ ਜੀ। ਦਰਅਸਲ ਡੋਲੀ ਜੀ ਦਾ ਮੈਂ ਜ਼ਿਕਰ ਕਰਦਾ ਹੁਣ, ਡੋਲੀ ਹੈ ਤੇ ਡੋਲੀ ਦੇ ਮੰਮੀ ਨੇ ਜੀ। ਮੇਰਾ ਮਤਲਬ ਸੀ ਵਧਾਈਆਂ ਜੀ। ਵਧਾਈਆਂ ਬੇਟਾ ਜੀ, ਥਾਣੇਦਾਰ ਸਾਹਿਬ ਤੁਹਾਨੂੰ ਵੀ ਵਧਾਈਆਂ। ਲਓ ਬਈ, ਨਾਕੇ ਦੇ ਛਿੱਤਰ ਲੱਗਦੇ ਤਾਂ ਬੜੀ ਯਾਰੀ ਵੇਖੇ, ਨਾਕੇ ਦੇ ਠਾਕੇ ਲੱਗਦੇ ਪਹਿਲੀ ਵਾਰੀ ਵੇਖੇ ਆ, ਇਹਦੇ ਕਰਦੇ ਚੰਗਿਆੜੇ।
ਬਿੱਲੂ। ਹੈਲੋ, ਉਹ ਬਿੱਲੂ ਬੋਲਦਾ। ਹਾਂ ਕਮੀਨਿਆ, ਤੂੰ ਤੇ ਰਾਜ ਹੀ ਮੈਨੂੰ ਛੱਡ ਕੇ ਚਲਾ ਗਿਆ ਸੀ ਨਾ, ਆ ਕੇ ਵੇਖ ਮੇਰੇ ਕੋਲ ਆਪਣਾ ਕਮਾਇਆ ਹੋਇਆ 50 ਲੱਖ ਰੁਪਈਆ ਤੇ ਹੁਣੇ ਡੋਲੀ ਨਾਲ ਮੇਰੀ GT ਰੋਡ ਦੇ ਉੱਤੇ ਮੰਗਣੀ ਹੋਈ ਹੈ। ਅੱਜ ਮੇਰਾ ਪਰਿਵਾਰ ਤੇ ਮੇਰੇ ਸਹੁਰੇ ਮੇਰੇ ਤੇ ਮਾਣ ਕਰ ਰਹੇ ਆ। ਘੁੱਗੀ ਯਾਰ ਗੱਪਣਾ ਮਾਰ। ਬਰਖੁਰਦਾਰ, ਵਿਆਹ ਦੀ ਤਰੀਕ ਫਿਕਸ ਹੋਣ ਲੱਗੀ ਹੈ, ਬਸ ਸਰਬਾਲਾ ਬਣਨ ਲਈ ਹੋ ਜਾ ਤਿਆਰ। ਥੈਂਕ ਯੂ ਜੀ, ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਓ ਮੁੰਡਿਆ, ਤੂੰ ਤੇ ਕੱਢ ਦਿੱਤੇ ਚੰਗਿਆੜੇ। ਥੈਂਕ ਯੂ ਜੀ, ਕੰਮ ਨਾ ਹੋਵੇ। ਓਏ ਉਹ ਤੇ ਕੁੜੀ ਵਾਲਿਆਂ ਨੂੰ ਹੈ।